ਦੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਅਭਿਆਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ। ਸੰਦੀਪ ਕੁਮਾਰ, ਮੇਰੀ ਡਿਊਟੀ ਇਸ ਜਿਹੜੀ ਵੈਨ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਚਲਾਈ ਗਈ ਵੋਟਰ ਜਾਗਰੂਕਤਾ ਵੈਨ ਇਹਦੇ ਨਾਲ ਹੈ। ਪਿਛਲੇ 3 ਦਿਨਾਂ ਤੋਂ ਆਪਾਂ ਬਟਾਲਾ ਹਲਕੇ ਦੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਸ ਵੈਨ ਦੇ ਮਾਧਿਅਮ ਨਾਲ ਪ੍ਰਚਾਰ ਕਰ ਰਹੇ ਹਾਂ। ਪਹਿਲੇ ਦਿਨ ਸਾਡੀ 16 ਤਰੀਕ ਨੂੰ ਨਸ਼ਹਿਰਾ ਮੱਝਾ ਸਿੰਘ ਤੋਂ ਵੈਨ ਚੱਲੀ ਸੀ ਤੇ ਅਸੀਂ 10 ਜਿਹੜੇ ਸਟੋਪੇਜ ਸਾਨੂੰ ਦਿੱਤੇ ਗਏ ਸੀ ਉਹਨਾਂ ਤੇ ਇਸ ਵੈਨ ਦੇ ਰਾਹੀਂ ਪ੍ਰਚਾਰ ਕੀਤਾ ਗਿਆ ਕਿ ਆਹ ਵੋਟ ਬਣਾਓ ਤੇ ਵੋਟ ਪਾਣੀ ਵੀ ਜ਼ਰੂਰ ਹੈ। ਹਾਂਜੀ, ਫਿਰ ਜਿਹੜੀਆਂ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਇਹ ਜਿਹੜੀ ਵੈਨ ਹੈ ਇਹਦੇ ਵਿੱਚ ਜਿਹੜੇ ਪਿੱਛੋਂ ਹੀ ਤਿਆਰ ਜਿਹੜੀਆਂ ਵੀਡੀਓਜ਼ ਨੇ ਤੇ ਉਹਦੇ ਰਾਹੀਂ ਲੋਕਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ ਕਿ ਸਾਰਿਆਂ ਨੇ ਵੋਟ ਬਣਾਉਣੀ ਹੈ ਤੇ ਚੋਣਾਂ ਜਿਹੜੀਆਂ 2024 ਦੇ ਲੋਕ ਸਭਾ ਇਲੈਕਸ਼ਨ ਹੈ ਜਦੋਂ ਉਹ ਵੋਟਾਂ ਹੁਣ ਵੋਟਾਂ ਵਾਲੇ ਦਿਨ ਘਰ ਨਹੀਂ ਬੈਠੇ ਰਹਿਣਾ ਬਲਕਿ ਵੋਟ ਪਾਉਣ ਜਾਣਾ ਹੈ। ਇਹ 3 ਦਿਨਾਂ ਦੇ ਵਿੱਚ ਪਹਿਲੇ ਦਿਨ 16 ਨੂੰ ਆਪਣੇ 13 ਜਿਹੜੇ ਸਾਡੇ ਕੋਲ ਸਨ ਆਪਣੇ ਪੋਲਿੰਗ ਬੂਥ ਜਾਂ ਪਿੰਡ ਥਾਵਾਂ ਉੱਥੇ ਗਏ, ਦੂਜੇ ਦਿਨ ਯਾਨੀ ਕਿ 17 ਨੂੰ 10 ਥਾਵਾਂ ਤੇ ਅੱਜ ਇਹ ਸਾਡੀ ਜਿਹੜੀ ਆ 12ਵੀਂ ਜਗ੍ਹਾ ਤੇ 2 ਜਗ੍ਹਾ ਜਿਹੜੀਆਂ ਸ਼ਾਹਬਾਦ ਪਿੰਡ ਤੇ ਬਟਾਲਾ ਗ੍ਰੰਥੀਆਂ ਅਜੇ ਬਾਕੀ ਨੇ। ਟੋਟਲ 14 ਜਿਹੜੇ ਸਾਨੂੰ ਸਟੋਪ ਜਿਹੜੇ ਆ ਲਿਖਤੀ ਆਉਂਦੇ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਅਸੀਂ ਜਿੱਥੇ ਜਿੱਥੇ ਉਹਨਾਂ ਨੇ ਕਿਹਾ ਹੈ ਉੱਥੇ ਹੀ ਜਾਣਾ, ਉੱਥੇ ਹੀ ਰੁਕਣਾ, ਉਸ ਸਟੋਪ ਤੇ ਖੜਾ ਕਰਕੇ ਤੇ ਇਦਾਂ ਵੀਡੀਓ ਚਲਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਕਿ ਤੁਸੀਂ ਆਪਣੀ ਜਿਹੜੀ ਆ ਉਹ ਵੋਟ ਜ਼ਰੂਰ ਇਹਦਾ ਇਸਤੇਮਾਲ ਕਰਨਾ।